ਉਹਨਾਂ ਨਾਲ ਭਾਈ ਗਜਿੰਦਰ ਸਿੰਘ ਹੋਣਾ ਨੇ ਰੋਸ ਮੁਜ਼ਾਹਰਾ ਕਰਨ ਵਾਸਤੇ ਜਹਾਜ਼ ਅਗਵਾ ਕਰ ਲਿਆ। ਮੈਂ ਨੌਜਵਾਨਾਂ ਨੂੰ ਇੱਕ ਬੇਨਤੀ ਕਰਾਂਗਾ, ਰਾਤ ਬਾਅਦ ਤੁਸੀਂ ਇਕੱਠ ਕੀਤਾ ਦੇ ਉੱਤੇ ਪੁੱਛਦੇ ਸੀ ਵੀ ਆਪਾਂ ਕੀ ਹਾਂ ਅਤੇ ਕੀ ਕਰਨਾ। ਸਾਰੀ ਜ਼ਿੰਮੇਵਾਰੀ ਕਰਨ ਦੀ ਗਾ ਫੈਸਲਾ ਦੇਣ ਦੀ ਤਾਂ ਪੰਥ ਦੇ ਜ਼ਿੰਮੇ ਹੈ, ਪਰ ਮੈਂ ਨਿੱਜੀ ਤੌਰ 'ਤੇ ਆਪਣੀ ਰਾਏ ਜ਼ਰੂਰ ਦੇਵਾਂਗਾ, ਝਿਜਕਾਂਗਾ ਨਹੀਂ। ਮੈਂ ਰਾਤੀ ਨੌਜਵਾਨਾਂ ਨੂੰ ਬੇਨਤੀ ਕੀਤੀ ਸੀ ਕਿ ਤੁਹਾਡਾ ਚਰਨ ਪਹਿਲਾਂ ਇਹ ਬੇਨਤੀ ਕਰਨੀ ਵੀ ਆਪਾਂ ਬੁਲਾਉਣ, ਜਦੋਂ ਤੱਕ ਹਰ ਸਿੱਖ ਦੇ ਪੁੱਤਰ ਦੇ ਹਿਰਦੇ ਵਿੱਚ ਬਜ਼ੁਰਗ ਦੇ ਮਾਤਾ ਦੇ ਬੀਬੀਆਂ ਦੇ ਇਹ ਗੱਲ ਘਰ ਨਹੀਂ ਕਰ ਜਾਂਦੀ ਕਿ ਅਸੀਂ ਗੁਲਾਮ ਹਾਂ। ਜਿੰਨੀਆਂ ਮਰਜ਼ੀ ਤਾਰਾ ਮਾਰ ਲਈਏ, ਜਿੰਨੀਆਂ ਮਰਜ਼ੀ ਗੱਲਾਂ ਕਰ ਲਈਏ, ਨਹੀਂ ਰਾਜ ਮਿਲਣਾ ਅਤੇ ਨਾ ਗੁਲਾਮੀ ਕੋਲੋਂ ਲੈਣੀ ਹੈ। ਗੁਲਾਮੀ ਹਮੇਸ਼ਾ ਉਦੋਂ ਕੋਲੋਂ ਰਹਿੰਦੀ ਹੈ ਜਦੋਂ ਮਨੁੱਖ ਮਹਿਸੂਸ ਕਰ ਲਵੇ, ਅਹਿਸਾਸ ਕਰ ਲਵੇ ਕਿ ਮੈਂ ਗੁਲਾਮੀ ਦੀ ਜ਼ਿੰਦਗੀ ਨਾਲੋਂ ਮੌਤ ਨੂੰ ਪਸੰਦ ਕਰਦਾ, ਮੈਂ ਜ਼ਿੰਦਗੀ ਰੱਖਣੀ ਚੰਗੀ ਨਹੀਂ ਸਮਝਦਾ, ਉਦੋਂ ਗੁਲਾਮੀ ਕੋਲੋਂ ਰਹਿੰਦੀ, ਨਹੀਂ ਤਾਂ ਨਹੀਂ ਰਹਿੰਦੀ। ਗੁਲਾਮ ਕਿਵੇਂ ਹਾਂ ਇਹਦੇ ਸੰਬੰਧ ਟਾਈਮ ਥੋੜ੍ਹਾ ਹੀ ਲਾਵਾਂਗਾ ਕਿਉਂਕਿ ਟਾਈਮ ਬਹੁਤ ਜ਼ਿਆਦਾ ਹੋ ਚੁੱਕਿਆ, ਬੜੀ ਸਵੇਰ ਦੀ ਸੰਗਤ ਬੈਠੀ ਚੁੱਕੇ। ਗੁਲਾਮੀ ਦੀਆਂ ਮੁੱਖ ਮੁੱਖ ਨਿਸ਼ਾਨੀਆਂ ਦੱਸਾਂਗਾ, ਬਹੁਤ ਵਿਸਤਾਰ ਵਿੱਚ ਨਹੀਂ ਜਾਵਾਂਗਾ, ਅਖਬਾਰ ਤੁਸੀਂ ਪੜ੍ਹਦੇ ਹੋ। ਹਿੰਦੁਸਤਾਨ ਵਿੱਚ ਏਸ਼ਿਆਈ ਖੇਡਾਂ ਦਾ ਹੋਣਾ ਅਤੇ ਲਕੀਰ ਕੱਢ ਕੇ ਸਿੱਖ ਵਾਸਤੇ ਖਰਵਰਤਿਆ ਜਾਣਾ, ਚਾਹੇ ਕਛਹਿਰੇ ਵਾਲਾ, ਚਾਹੇ ਚਾਦਰੇ ਵਾਲਾ, ਚਾਹੇ ਮੋਨਾ ਘੋਨਾ, ਪਰ ਨਾਮ ਸਿੰਘ ਹੋਣਾ ਚਾਹੀਦਾ। ਉਹ ਹਰਿਆਣੇ ਦੀ ਲਕੀਰ ਟੱਪ ਕੇ ਹਰਿਆਣੇ ਵਿੱਚ ਦੀ ਲੰਘ ਕੇ ਦਿੱਲੀ ਨਹੀਂ ਜਾ ਸਕਦੇ, ਟੋਪੀ ਵਾਲਾ ਜਾ ਸਕਦਾ ਹਿੰਦੂ। ਅਮਰੀਕਾ ਵਿੱਚੋਂ ਸਿੱਖਾਂ ਦੇ ਹਵਾਈ ਅੱਡੇ ਤੋਂ ਪਿੱਛੇ ਮੋੜਿਆ ਜਾਂਦਾ, ਪਰ ਹਿੰਦੂ ਉਸੇ ਜਹਾਜ਼ ਵਿੱਚ ਆਵੇ ਤਾਂ ਦਿੱਲੀ ਪਹੁੰਚ ਸਕਦਾ, ਇਹ ਗੁਲਾਮੀ ਦੀ ਨਿਸ਼ਾਨੀ ਹੈ। ਹਿੰਦੁਸਤਾਨ ਦੀ ਪ੍ਰਧਾਨ ਮੰਤਰੀ ਜਿਵੇਂ ਬਲਵੀਰ ਜੀ ਕਹਿ ਕੇ ਕਹਿੰਦੇ ਮੁਕੱਦਮੇ ਬਣੇ ਆ, ਅਜੇ ਹੋਰ ਬਣਨੇ ਆ। ਹਿੰਦੁਸਤਾਨ ਦੀ ਪ੍ਰਧਾਨ ਮੰਤਰੀ ਇਹ ਗੱਲ ਕਹਿ ਦੇਵੇ ਕਿ ਮੈਂ ਅਕਾਲੀਆਂ ਨੂੰ ਕਹਿਣਾ ਚਾਹੁੰਦੀ ਹਾਂ ਜਾਂ ਸਿੱਖਾਂ ਨੂੰ ਕਹਿਣਾ ਚਾਹੁੰਦੀ ਹਾਂ, ਪੰਜਾਬ ਵਾਲਿਆਂ ਨੂੰ, ਤੁਸੀਂ ਮੋਰਚਾ ਲਾਇਆ, ਤੁਸੀਂ ਇਸ ਤਰ੍ਹਾਂ ਦੀਆਂ ਚੀਜ਼ਾਂ ਮੰਗਦੇ ਹੋ, ਬਾਹਰਲੇ ਸਿੱਖਾਂ ਬਾਰੇ ਸੋਚ ਲਓ ਕੀ ਬਣੂ। ਕੋਈ ਮੁਕੱਦਮਾ ਦਰਜ ਨਹੀਂ ਕਿਉਂਕਿ ਪੰਥਾਂ ਦੇ ਘਰੇ ਜਮੀ ਹੈ। ਪਰ ਜੇ ਇਸੇ ਸਟੇਜ ਤੋਂ ਭਿੰਡਰਾਂਵਾਲਾ ਗੱਲ ਕਹਿੰਦੇ ਨੇ ਜਾਂ ਸਮੁੰਦਰੀ ਹਾਲ ਵਿੱਚ ਮੀਟਿੰਗ ਵਿੱਚ ਕਿ ਬੀਬੀ ਇੰਦਰਾ ਦੇ ਰਾਜ ਦੇ ਹਕੂਮਤ ਦੇ ਨਸ਼ੇ ਵਿੱਚ ਆ ਕੇ ਤੇਰੇ ਮਨ 'ਚ ਇੰਨਾ ਹੰਕਾਰ ਹੈ ਕਿ ਤੂੰ ਸਿੱਖਾਂ ਨੂੰ ਚੇਤਾਵਨੀ ਦੇਣਾ ਚਾਹੁੰਦੀ ਹੈ, ਸੋਚ ਲਿਆ ਬਾਹਰਾਂ ਬਾਰੇ ਕੀ ਬਣੂ, ਅਤੇ ਤੈਨੂੰ ਵੀ ਚੇਤਾ ਰੱਖਣਾ ਚਾਹੀਦਾ ਸਾਨੂੰ ਵੀ ਹਿੰਦੂ ਆਉਂਦੇ ਇੱਕ ਤੋਂ ਵੱਧ ਨਹੀਂ। ਸਿੱਖੋ ਜਕਾਰਾ ਨਹੀਂ ਛੱਡਣਾ, ਮੈਂ ਜਕਾਰੇ ਵਾਲੇ ਸੱਜਣਾਂ ਨੂੰ ਬੇਨਤੀ ਕਰਾਂਗਾ, ਇਹ 'ਚ ਮਿਲਦਾ ਕੀ ਹੈ, ਜਕਾਰੇ ਮਗਰੋਂ ਛੱਡ ਦੇ ਉੱਠਾਂਗੇ, ਪਹਿਲਾਂ ਸੁਣ ਲਓ ਸਾਰੀ। ਹਾਂ ਗੁਲਾਮ ਛੱਡੀ ਜਾਂਦੇ ਜਕਾਰੇ, ਪਹਿਲਾਂ ਆਜ਼ਾਦ ਹੋਵੋ, ਇਹ ਰਸ ਦੇ ਵਿੱਚ ਫਰਕ ਨਾ ਪਾਓ, ਸੁਣਨ ਦੀ ਕੋਸ਼ਿਸ਼ ਕਰੋ ਵੀ ਗੁਲਾਮ ਕਿਵੇਂ ਹੈ। ਮੈਂ ਇਕੱਲੀਆਂ ਗੁੱਸੇ ਵਿੱਚ ਆ ਕੇ ਗੱਲਾਂ ਨਹੀਂ ਕੀਤੀਆਂ, ਮੇਰੇ 'ਤੇ ਦੋਸ਼ ਵੀ ਲੱਗੇ, ਮੈਂ ਗੱਲਾਂ ਦੇ ਗਰਮ ਬੋਲਦਾ, ਦੇਸ਼ 'ਚ ਪੁਲਾੜਾ ਪਾਉਣਾ ਚਾਹੁੰਦਾ, ਨੌ ਮਾਹ ਦਾ ਰਿਸ਼ਤਾ ਤੋੜਨਾ ਚਾਹੁੰਦਾ, ਪਰ ਮੈਂ ਤੁਹਾਡੇ ਕੋਲ ਅੱਜ ਪੁੱਛਣਾ ਵੀ ਆਪਣਾ ਰਿਸ਼ਤਾ ਕੀ ਹੈ। ਹਿੰਦੁਸਤਾਨ ਦੀ ਪ੍ਰਧਾਨ ਮੰਤਰੀ ਦੀ ਜ਼ਿੰਮੇਵਾਰੀ ਦੇਸ਼ ਦੀ ਮੇਰੇ ਨਾਲੋਂ ਜ਼ਿਆਦਾ ਕਿ ਘੱਟ ਹੈ? ਮੈਂ ਇੱਕ ਮਾਮੂਲੀ ਸਿੱਖਾਂ ਦਾ ਸੇਵਾਦਾਰ ਹਾਂ, ਉਹ ਤੁਹਾਡੀਆਂ ਵੋਟਾਂ ਲੈ ਕੇ ਬਣੀ, ਮੈਂ ਤੁਹਾਡੀ ਕਿਸੇ ਦੀ ਵੋਟ ਲੈ ਕੇ ਸੰਤ ਨਹੀਂ ਬਣਿਆ। ਮੈਂ ਉਸ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕਿਰਪਾ ਦਾ ਸਦਕਾ, ਸੱਚਖੰਡ ਵਾਸੀ ਮਹਾਂਪੁਰਖ ਸੰਤ ਬਾਬਾ ਕਰਤਾਰ ਸਿੰਘ ਦੀ ਖਾਲਸਾ ਦੀ ਮਿਹਰ ਦਾ ਸਦਕਾ, ਉਹਨਾਂ ਦਾ ਸਦਕਾ ਇਸ ਸਟੇਜ 'ਤੇ ਆਇਆ। ਮੈਂ ਉਹ ਹਿੰਦੁਸਤਾਨ ਦੀ ਜਨਤਾ ਦੀਆਂ ਵੋਟਾਂ ਲੈ ਕੇ ਬਣੀ, ਅਤੇ ਜੇ ਉਹ ਕਹਿੰਦੀ ਆ ਪੱਗ ਅਤੇ ਚੁੰਨੀ ਵਾਲੀਆਂ ਸਿੱਖਾਂ ਦੀਆਂ ਤੋਰਨਾਂ ਵਾਲੀਆਂ ਬੀਬੀਆਂ, ਇਹਨਾਂ ਬਾਰੇ ਪ੍ਰਧਾਨ ਅਤੇ ਲੀਡਰ ਸੋਚ ਲੈਣ, ਆਪਾਂ ਖੁਸਰੇ ਤਾਂ ਹਾਲੇ ਵੀ ਉੱਤਰ ਨਹੀਂ ਦੇਣਾ। ਦੁਨੀਆਂ ਦੇ ਕਿਸੇ ਰੈਕੋਰਡ ਨੂੰ, ਕਿਸੇ ਕਿਤਾਬ ਵਿੱਚ, ਕਿਸੇ ਹਿਸਟਰੀ ਵਿੱਚ, ਕਿਸੇ ਲਿਖਤ ਵਿੱਚ ਪੜ੍ਹੇ ਲਿਖੇ ਫਿਲਾਸਫਰ ਸੱਜਣ, ਪਰ ਕਿਸੇ ਰੈਕੋਰਡ ਦੇ ਨਾਂ ਨਾਲ ਮੈਨੂੰ ਮਰਦ ਅੱਖਰ ਵਿਖਾ ਦਿਓ ਕਿੱਥੇ ਲਿਖਿਆ। ਮਰਦ ਲਿਖਿਆ ਤਾਂ ਇੱਕੋ ਇੱਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬਾਰੇ ਲਿਖਿਆ, ਵਾਹ ਪ੍ਰਗਟਿਓ ਮਰਦ ਅਗੰਬੜਾ, ਮਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਕੇਲਾ, ਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਕੇਲਾ। ਅਤੇ ਜਿਹੜਾ ਮੁੰਡਾ ਪਿਓ ਵਰਗਾ ਨਾ ਹੋਵੇ ਉਹਨੂੰ ਪਤਾ ਕਹੀਦਾ ਕੀ ਹੈ, ਉਹ ਤੁਸੀਂ ਮਗਰੋਂ ਹਿਸਾਬ ਕਿਤਾਬ ਕਰ ਲਿਓ। ਜਿਹੜਾ ਮੁੰਡਾ ਬਾਪੂ ਆ ਉਹਦੇ ਨਾਲ ਨਾਲ ਰਹੇ, ਲੋਕੀ ਸ਼ੱਕ ਕਰਦੇ ਹੈ, ਪਿਤਾ ਹੋਵੇ ਗੁਰੂ ਗੋਬਿੰਦ ਸਿੰਘ ਸਾਹਿਬ, ਉਹਨੂੰ ਟੁੰਡਿਆ ਜਾਵੇ, ਤੜਕਾ ਮਾਰੀਆਂ ਜਾਣ, ਨਫ਼ਰਤ ਦੇ ਬਚਨ ਕਹਿ ਜਾਣ, ਤੁਸੀਂ ਸਾਡੇ 'ਚੋਂ ਜੰਮੇ ਹੋ, ਸਾਡੇ 'ਚੋਂ ਜੰਮੇ ਹੋ ਬਾਹਮਣ ਹੋ, ਅਤੇ ਆਪਣਾ ਪਿਤਾ ਵੰਗਾਰ ਕੇ ਕਹਿੰਦਾ ਗਲਤ ਕਲਮ ਕਰ ਬਾਹਮਣ,
ਛਤਰੀ ਕੋ ਪੂਤੋ ਬ੍ਰਾਹਮਣ ਕੋ ਨਹੀਂ ਕੋਈ ਕਿਸਾ ਧਾਰੀ ਹਿੰਦੂ ਮੰਦਰ ਨਹੀਂ ਬਣਾਉਣਾ ਕਹਿੰਦਾ ਕਸੇ ਪਾਤਸ਼ਾਹ ਨੂੰ ਮਹਾਰਾਜ ਕਹਿੰਦਾ ਬਿਲਕੁਲ ਇਹ ਗੱਲ ਨਹੀਂ ਹੋਵੇਗੀ ਜੇ ਤਾਂ ਮੈਂ ਕਹਿੰਦਾ 20-20 ਦੀ ਗਿਣਤੀ ਆ ਸਾਨੂੰ ਤੇ ਮੁਕਾਦਮਾ 500 ਤੇ 6 ਧਾਰਾ ਅਧੀਨ ਦਰਜ ਹੁੰਦਾ ਉਹਦੇ ਤੇ ਨਹੀਂ ਕਿਉਂਕਿ ਪੰਡਤਾਂ ਦੇ ਘਰੇ ਜੰਮੀ ਹੈ